ਜਿੱਦਣ ਦਾ ਕੋਰੋਨਾ ਫੈਲਿਆ ਤਾਂ ਲੋਕਾਂ ਦੀਆਂ ਮੌਤਾਂ ਹੋਣ ਅਤੇ ਬਾਕੀ ਦੁਨੀਆ ਵਿੱਚ ਲੋਕਾਂ ਦਾ ਇਲਾਜ ਕਰਨ ਨੂੰ ਪਹਿਲ ਦਿੱਤੀ ਗਈ, ਪਰ ਪੰਜਾਬ ਦੀ ਧਰਤੀ 'ਤੇ ਫੇਸਬੁੱਕੀ ਵਿਦਵਾਨਾਂ ਨੇ, ਬਾਊਂਸਰ ਲੈ ਕੇ ਸਮਾਜ ਸੇਵਾ ਕਰਨ ਵਾਲੇ ਸਮਾਜ ਸੇਵੀਆਂ ਨੇ, ਕੁਝ ਨਾਰੀਅਲ ਪੱਗ ਵਾਲੇ ਬਾਬਿਆਂ ਨੇ ਇਹ ਹੁੱਜਤਾਂ ਮਾਰੀਆਂ ਸ਼ੁਰੂ ਕਰ ਦਿੱਤੀਆਂ ਕਿ ਅੱਜ ਲੋੜ ਹਸਪਤਾਲਾਂ ਦੀ ਹੈ, ਗੁਰਦੁਆਰਿਆਂ ਦੀ ਨਹੀਂ। ਸਮਾਂ ਬਣਿਆ ਅਤੇ ਨਿਊਯਾਰਕ ਦਾ ਮੇਅਰ ਸਿੱਖਾਂ ਨੂੰ ਕਹਿੰਦਾ ਕਿ ਲੋਕਾਂ ਨੂੰ ਲੰਗਰ ਛਕਾਉਣ ਦੀ ਸੇਵਾ ਤੁਸੀਂ ਨਿਭਾਓ। ਨਿਊਜ਼ੀਲੈਂਡ ਦੀ ਸਰਕਾਰ ਨੇ ਉੱਥੋਂ ਦੇ ਸਿੱਖਾਂ ਨੂੰ ਲੰਗਰ ਛਕਾਉਣ ਦੀ ਡਿਊਟੀ ਸੰਭਾਲਣ ਨੂੰ ਕਿਹਾ। ਭਾਰਤ ਵਿੱਚ ਵੀ ਦਿੱਲੀ, ਮੁੰਬਈ, ਉੱਤਰਾਖੰਡ ਸਮੇਤ ਵੱਖੋ ਵੱਖ ਗੁਰਦੁਆਰਿਆਂ ਵਿੱਚ ਲੋਕਡਾਊਨ ਦੇ ਚੱਲਦੇ ਲੋਕਾਂ ਨੂੰ ਲੰਗਰ ਅਤੇ ਰਾਸ਼ਨ ਦੀ ਸੇਵਾ ਚੱਲ ਰਹੀ ਹੈ। ਅਤੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਵਿੱਚ ਰੋਜ਼ਾਨਾ ਗੁਰਦੁਆਰਿਆਂ 'ਚੋਂ ਲੋੜਵੰਦ ਲੋਕਾਂ ਨੂੰ ਲੰਗਰ ਪਹੁੰਚ ਰਿਹਾ। ਇਹ ਵੀਡੀਓ ਇੰਗਲੈਂਡ ਦੀ ਪਾਰਲੀਮੈਂਟ ਤੋਂ ਹੈ, ਜਿੱਥੇ ਇੱਕ ਪਾਰਲੀਮੈਂਟ ਮੈਂਬਰ ਦੇ ਬੋਲ ਤੁਹਾਨੂੰ ਸਿੱਖ ਹੋਣ 'ਤੇ ਮਾਣ ਮਹਿਸੂਸ ਕਰਾਉਣਗੇ। ਸੁਣਿਓ ਜ਼ਰਾ। When you go to a Sikh temple at any time and you're hungry, they will feed you. And there is no cost for that. They are a loving people, they are a kind people, and they are a gentle people. But do not let that fool you. They are not a weak people. They do not retreat. They are strong, intelligent, and they are very aggressive in business. They're entrepreneurs, investors in their local and more global communities. They are humble, they are loving. And speaking of humble, I am very humbled to call many of them my friends. ਇਹ ਖਾਲਸਾ ਜੀ ਦੇ ਬੋਲ ਬਾਲੇ ਨੇ, ਜਿਹੜੇ ਸੱਤ ਸਮੁੰਦਰ ਪਾਰ ਖਾਲਸੇ ਦੇ ਝੂਲ ਦੇ ਨਿਸ਼ਾਨਾਂ ਦੀ ਤਰਜਮਾਨੀ ਕਰਦੇ ਨੇ। ਇਹ ਖਾਲਸੇ ਦੀ ਚੜ੍ਹਦੀ ਕਲਾ ਹੈ। ਜੋ ਹੋਰ ਮੁਲਕਾਂ ਦੀਆਂ ਸਰਕਾਰਾਂ ਵੀ ਇਹ ਕਹਿੰਦੀਆਂ ਕਿ ਸਿੱਖਾਂ ਦੀ ਸੇਵਾ ਬੜੀ ਵੱਡੀ ਹੈ, ਉਹਨਾਂ ਦੇ ਗੁਰਦੁਆਰੇ 'ਚੋਂ ਕੋਈ ਭੁੱਖਾ ਨਹੀਂ ਮੁੜਦਾ। ਕੁਝ ਹੋਰ ਵੀਡੀਓ ਨੇ ਜੋ ਸਿੱਖ ਕੌਮ ਵੱਲੋਂ ਵੱਖ ਵੱਖ ਥਾਵਾਂ 'ਤੇ ਲਾਏ ਲੰਗਰਾਂ ਦੀਆਂ ਨੇ, ਜਿਹੜੀਆਂ ਇਹਨਾਂ ਵੱਡੇ ਵਿਦਵਾਨਾਂ ਦੇ ਮੂੰਹ ਬੰਦ ਕਰਨ ਨੂੰ ਕਾਫੀ ਨੇ। ਸੋ ਇਹ ਲੰਗਰ ਨੇ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸ਼ੁਰੂ ਕੀਤੇ ਹੋਏ। ਦੁਨੀਆ ਬੰਦ ਹੈ ਪਰ ਲੰਗਰ ਬੰਦ ਨਹੀਂ ਹੋ ਸਕਦੇ, ਦੁਨੀਆ ਬੰਦ ਹੈ ਪਰ ਗੁਰਦੁਆਰੇ ਬੰਦ ਨਹੀਂ ਹੋ ਸਕਦੇ। ਬਾਕੀ ਸੰਗਤ ਨੂੰ ਵੀ ਬੇਨਤੀ ਹੈ ਕਿ ਲੋੜਵੰਦ ਦੀ ਜ਼ਰੂਰ ਮਦਦ ਕਰੋ, ਪਰ ਜੋ ਲੰਗਰ ਦੀ ਬੇਕਦਰੀ ਕਰਦਾ ਉਹਨਾਂ ਤੋਂ ਵੀ ਬਚੋ, ਜਿਵੇਂ ਅੱਜ ਕੱਲ੍ਹ ਲੋਕਾਂ ਵੱਲੋਂ ਰਾਸ਼ਨ ਸਟੋਰ ਕਰਕੇ ਦੁਕਾਨਾਂ 'ਤੇ ਵੇਚਿਆ ਜਾ ਰਿਹਾ।